ਆਏ ਦਾ ਸਾ ਕੀ ਆ ਕੋਈ ਪਾਰਟੀ ਚ ਬੇ ਕੁਛ ਨਹੀਂ ਮੈਨੂੰ ਜਾਣ ਦੇ ਮੈਂ ਮੇਰੀ ਗੱਲ ਤੇ ਦੱਸ ਕੀ ਜਾ ਕੀ ਆ ਦੇਖ ਬੇ ਸਾਡੇ ਰਿਸ਼ਤੇਦਾਰ ਆਏ ਹੋਏ ਆ ਵੀ ਡਿੱਕੀ ਆਂਦੇ ਫਿਰ ਗੱਲ ਕਰਾਂਗੇ ਆਪਾਂ ਅੱਛਾ ਸੁੱਕੀ ਚਾ ਨੀ ਤੈਨੂੰ ਆਏ ਪਤਾ ਵੀ 100 ਰੁਪਈਆਂ ਦੀ ਕਿਲੋ ਹੈ ਬੇ ਘਰੇ ਨੂਨ ਨਹੀਂ ਮਿਰਚ ਨਹੀਂ ਮਸਾਲਾ ਨਹੀਂ ਕਾਦੇ ਨਾ ਬਣਾਵਾ ਮਸਾਲਾ ਕੀ ਭੈਣ ਘੜਾਊ ਮੇਰੇ ਸਾਲ ਦਾ ਬਾਟੀਆਂ ਭਰ ਭਰ ਤਾਂ ਲੋਕਾਂ ਨੂੰ ਮੰਡੀ ਜਾਣੀ ਹੈ ਮੈਂ ਲਿਆਣਾ ਸੌਦਾ ਪੱਤਾ ਸ਼ਹਿਰ 'ਚੋਂ ਜਾ ਕੇ ਫਿਰ ਨਾ ਤੈਨੂੰ ਕੌਣ ਦਿਓ ਬੂਥੀ ਵੇਖੀ ਆਪਦੀ ਬਾਣੀਆਂ ਨੂੰ ਕਦੇ ਸ਼ਕਲ ਦਿਖਾਈਏ ਜਾ ਕੇ ਓਏ ਇਹਨਾਂ ਨੂੰ ਐਂ ਕਰ ਆ ਸਾਫੇ ਚ ਲਵੇਟ ਲੈ ਮੇਰੇ ਸਾਲੇ ਹੱਥ ਤਾਂ ਐਂ ਲਈ ਫਿਰਦੇ ਜਿਵੇਂ ਖਰੋਟ ਹੁੰਦੇ ਨੇ ਵੀ ਲੱਗ ਜਾਣਗੇ ਬਾਈ ਅਸੀਂ ਤੁਸੀਂ ਕਿੱਥੇ ਜਾਣਾ ਅਸੀਂ ਸਲੀਮਗੜ ਜਾਣਾ ਸਲੀਮਗੜ ਜਾਣਾ ਹੋਰ ਬਾਈ ਜਦੋਂ ਕਾਗਜ਼ ਪੂਰੇ ਹੁੰਦੇ ਨੇ ਕੰਜਰ ਦੇ ਉਦੋਂ ਹੀ ਪੁਲਿਸ ਕਹਿੰਦੀ ਹੁੰਦੀ ਗੁੱਸਾ ਓ ਬਾਈ ਹੁਣ ਕਹੂਗੀ ਆਪਾਂ ਨੂੰ ਚਾਹੇ ਕਾਗਜ਼ ਪੂਰੇ ਨੇ ਮਤਲਬ ਉਹ ਸਾਡੀ ਗੱਲ ਦਾ ਸਾਰ ਉਹ ਦੱਸੇ ਦੇ ਓਏ ਭਾਈ ਸਾਡੇ ਕੋਲੇ ਡੂਡੇ ਨੇ ਯਾਰ 2 ਕਿਲੋ ਵੀ ਛੋਡੇ ਪਣੋਈਏ ਲਵੇ 2 ਕਮੰਟਲ ਭੁੱਕੀ ਐ ਬਿਨਾ ਪੱਛ ਵਾਲੇ ਡੋਡਿਆਂ ਦੀ ਦੇਖ ਬੋਰੀਆਂ ਓਏ ਸੁਣਤਾ ਲਓ ਸਾਹਿਬ ਜੀ ਬਾਈ ਗੱਡੀ 'ਚ ਬਹਿ ਗਿਆ ਜਦੋਂ ਮੈਂ ਪੜੂਕਾ ਜਿਹਾ ਪੈ ਗਿਆ ਪੜੂਕਾ ਜਿਹਾ ਪੈਣ ਸਰ ਮੇਰੀ ਤਾਂ ਜੀ ਟੱਟੀ ਨਿਕਲੀ ਵਿੱਚ ਚੱਕ ਖੜਦਾ ਨੇ ਜ਼ੋਰ ਨਹੀਂ ਹੈਗੇ ਤੇਰੇ 'ਚ ਵੇ ਮੈਂ ਕਿਹੜਾ 10 ਰੋਜ਼ ਬੋਰੀਆਂ ਲਹਾਉਣੀ ਆ ਨਾ ਇਹ ਸਿਉਂਤੀਆਂ ਕਾ ਤੋਂ ਨਹੀਂ ਮੈਨੂੰ ਐਂ ਦੱਸ ਇਹ ਖਲ ਖੁੱਲੀ ਇਹ ਤਾਜ਼ੀ ਲਿਆਇਆ ਇਹ ਬੋਲੂ ਤੂੰ ਓਹੋ ਖੜੀਆਂ ਕਰ ਦੇਵੇ ਨਾਲ ਲਾ ਕੇ ਹਾਏ ਹਾਏ ਨਾ ਕਿਸੇ ਨੂੰ ਬੋਲ ਮਾਰ ਲੈਂਦਾ ਜਦੋਂ ਪਤਾ ਸੀ ਵੀ ਇੰਨਾ ਭਾਰ ਹੈ ਖੜਦਾ ਤੂੰ ਬੇਲੀ ਖਾ ਗੜੀ ਇੱਥੇ ਕੀ ਕਰਦੀ ਐ ਉਦੋਂ ਤਾਂ ਤੈਨੂੰ ਮੇਰੇ ਬਦਾਮ ਵੀ ਚੁੱਭਦੇ ਆਵੇ ਖਾਣੇ ਤੂੰ ਟਿਕ ਜਾ ਟਿਕ ਜਾ ਥੰਦਾ ਬੇੜਾ ਟਿਕ ਜਾ ਤੂੰ ਖਰਖਰਾ ਕਰਾ ਲੇਂਗੀ ਮੇਥੋਂ ਹਾਏ ਲੈ ਆ ਵੀ ਲੈ ਜਾ ਬੇ ਤੂੰ ਤਾਂ ਵੈਸੇ ਚੰਗਾ ਰਿਹਾ ਮੈਨੂੰ ਤਾਂ ਐਂ ਸੀ ਵੀ ਬਾਣੀਆਂ ਨੇ ਤੇਰਾ ਮੂੰਹ ਦੇਖ ਕੇ ਕੋਸੀ ਨਹੀਂ ਦੇਣਾ ਫਿਰ ਦੱਸੂ ਆ ਡੋਡੇ ਨੇ ਪੀਦੀ ਚੰਗਾ ਟੋਟੇ ਹੈ ਇਹ ਕਿੱਥੋਂ ਲਿਆਇਆ ਪਿਰਥੀ ਚੰਦ ਦੀ ਦੁਕਾਨ ਤੋਂ ਤਾਂ ਮਿਲਦੇ ਨੇ ਨਹੀਂ ਹੁਣ ਤਾਂ ਦੁਕਾਨਾਂ ਤੇ ਆਮ ਹੋ ਜਾਣਗੇ ਥੋੜੇ ਚਿਰਾਂ ਨੂੰ ਬੀਜਿਆ ਕਰਾਂਗੇ ਲੈ ਜਾ ਮੈਂ ਪਊਆ ਫੜ ਲਿਆਵਾਂ ਆ ਤਾਂ ਕਮਾਲ ਹੀ ਹੋ ਗਈ ਮੇਰੇ ਸਲੇ ਦੀ ਨਾ ਜੇ ਹੁਣ ਲੜੀਆਂ ਦੂਜੀਆਂ ਮੈਸਾਂ ਨਾਲ ਕੱਟੇ ਵਾਲਿਆਂ ਨੂੰ ਦੇ ਦੂੰ ਕੱਟੇ ਵਾਲਿਆਂ ਨੂੰ ਔਰ ਮੇਰੇ ਸਲੇ ਦੀ ਨੂੰ ਮੈਨੂੰ ਲੱਗਦਾ ਅਫਰੀਕਾ ਟਪਾ ਦੇਣਗੇ ਜੇ ਕੱਟੇ ਵਾਲਿਆਂ ਨੂੰ ਦੇਤੀ ਦੇਖਦੀਆਂ ਨਾ ਅੱਜ ਦੇਖਦੀਆਂ ਹਜੇ ਅੱਖ ਨਾਲ ਅੱਖ ਮਿਲਾਉਂਦੀਆਂ ਅੱਖ ਨਾਲ ਅੱਖ ਮਿਲਾਉਣ ਜੱਗੀ ਹਜੇ ਤੂੰ ਹੋਈ ਨਹੀਂ ਮੈਂ ਤੈਨੂੰ ਕੀ ਕਹਿਣਾ ਵੀ ਅੱਖ ਨਾਲ ਅੱਖ ਮਿਲਾਉਣ ਜੋਗੀ ਤੂੰ ਹਜੇ ਹੋਈ ਨਹੀਂ ਮੇਰੇ ਨਾਲ ਕੋਈ ਨਹੀਂ ਲਾਉਣ ਦੇ 2 ਕਾਰਡ ਮੈਨੂੰ ਮਲਾਈ ਮੇਰੇ ਨਾਲ ਅੱਖ ਤੂੰ ਤੇਰੇ ਸਾਲਿਆਂ ਨੇ ਮਿੱਟੀ ਬਦੀਨ ਕਰਖੀ ਹੈ ਨੀ ਗੌਰੋ ਜੀਏ ਨੀ ਗੌਰੋ ਜੀਏ ਆ ਚਾਹ ਦੀ ਕੁੱਟ ਲਿਆ ਦੇ ਮੇਰੇ ਸਾਲੇ ਨੇ ਕਹਿੰਦੇ ਬਦੀਨ ਕਰਖਿਆ ਆਪਦੇ ਵਾਲੇ ਨੂੰ ਤਾਂ ਉਹਦੀ ਕਹਿ ਦੂਗੇ ਆ ਭੋਲਾ ਜੀ ਪੀਓ ਚਾਹ ਭੋਲਾ ਜੀ ਆ ਪੀਓ ਚਾਹ ਮੇਰੇ ਸਾਲੀ ਮੇਰੇ ਵਾਰੀ ਚਲੂਣੇ ਲੜਦੇ ਨੇ ਤੇਰੇ ਹੈ ਕਾਦਾ ਕਹਿਣ ਲੱਗ ਰਿਹਾ ਵੀ ਚਾਹ ਦੀ ਕੁੱਟ ਲਿਆ ਦੇ ਸਾਰੇ ਡੰਗਰ ਨਮਾਤੇ ਕੱਖ ਪਾਤੇ ਇਹਨਾਂ ਨੂੰ ਹੋਰ ਕੀ ਮੇਰੇ ਸਾਲੋ ਮੈਨੂੰ ਵੱਢੋਗੇ ਵੱਢ ਕੇ ਖਾ ਲਓ ਜਿੱਦਾਂ ਫਿਰ ਨਿਬੜ ਜੂੰਗਾ ਮੈਂ ਔਰ ਜੇ ਮੈਂ ਕਿਤੇ ਵਿਆਹ ਕਰਾ ਲਿਆ ਨਾ ਔਰ ਦੇਖ ਲਈ ਫਿਰ ਤੂੰ ਪਤਾ ਲੱਗ ਜੂ ਤੁਹਾਨੂੰ ਮੈਂ ਕਹਿੰਦਾ ਕਾਹਨੂੰ ਇੱਕ ਜ਼ਮੀਨ ਥੋੜ੍ਹੀ ਹੈ ਮੇਰੇ ਭਾਈਆਂ ਜੋਗੀ ਰਹਿ ਜੂਗੀ ਤੇਰੇ ਸਾਲੇ ਨੇ ਦੀ ਨੀ ਗੋਰੋ ਲਿਆ ਦੇ ਦੇਖ ਲਾ ਕਿਵੇਂ ਗੋਰੋ ਗੋਰੋ ਕਰਨ ਲੱਗਿਆ ਪਹਿਲਾਂ ਤਾਂ ਇਹਦੀ ਬਣਾਉਣੀ ਹੈ ਜਾ ਕੇ ਰੇਲ ਨਾਲੇ ਪਹਾੜ ਦੀਆਂ ਖਾਖਾਂ ਇਹਦੀਆਂ ਹੈ ਸਵੇਰ ਦੇ 4 ਕੌਲੇ ਚਾਹ ਦੇ ਪੀਣੇ ਵੀ ਤੇਰੇ ਹੀ ਝੋਲ ਸਮੜਾਊਆ ਕਰਨ ਲੱਗੀਆਂ 5ਵੀਂ ਵਾਰੀ ਫੜਾ ਕੇ ਆਉਣਾ ਉਹਨੂੰ ਮੱਥਾ ਡੰਮਾ ਇਹਦਾ ਕੰਜਰ ਨੇ ਜਾਣ ਲੈਣੀ ਕੀਤੀ ਪਈ ਆ ਸਵੇਰ ਦੀ ਮੈਨੂੰ ਚਾਹ ਨਹੀਂ ਦਿੱਤੀ ਨਾਲੇ ਡੱਪ ਲੂਗਾ ਨਾਲੇ ਖੌਰੂ ਪੱਟੀ ਜਾਊਗਾ ਨਾ ਸੁਣ ਤੈ ਨਾ ਗੋਰੋ ਗੋਰੋ ਕਰਦਾ ਭੈ ਜਾਣਿਆ ਮੇਰਾ ਨਾਮ ਹਰਜਸਪ੍ਰੀਤ ਕੌਰ ਜੱਸਲ ਹੈ ਮਾਰ ਕੇ ਮੁੱਕੀ ਖਾਖਾ ਪਾੜ ਦੂੰ ਨ ਪੁੱਤੇ ਦੇ ਦੀਆਂ ਮੈਂ ਤਾਂ ਕਿਤੇ ਤੈਨੂੰ ਪ੍ਰਕਾਸ਼ ਸਿੰਘ ਬਾਦਲ ਨਾ ਕਹਿਣਾ ਵੱਡੀ ਆਈ ਜੱਸਲ ਹਰਪ੍ਰੀਤ ਕੌਰ ਵੇ ਮੇਰੀ ਗੱਲ ਸੁਣੀ
क्या था तू घर का समान लैन सी क्या डोटे की तो लेके आए हैं तेरे बाप तो ले गया कितों ले गया कितों लेने दे मैं मेरे हाले दे चारी कोली बस देन पुत्ते दिया मेरी गल सुन तू गड्डी लेके गया सी किते गड्डी दा पंजवा टायर तां नहीं बेचया या गड्डी दा पंजवा टायर नहीं हुंदा ओनू सटिपणी कहंदे ने सटिपणी देखो आसमान नु खावे सटिपणी मैनू आए दस तू बेचया की है नहीं नहीं बेच के आया कुछ ए दा दो लागा नहीं मेरा दो रंग दी फर्क है नाले मेरी गल सुन लै भरजाई है मेरी भरजाई बन के रह हां सिद्धी जी गल है मैं तेनू हुण कहता कि मैनू गोरखो ना आखी नाले मैं मेरी गल सुने नू ला दे बे गर्मी आ गई नपुत्ते दे जुआ पै जानगीआं विच किनू ला दां आह जिहड़ा स्वैटर पाई फिरदा नहीं मेरी गल सुन अमली बंदे नू तां पाला ही लगी जांदा है जदों चार डोडे चप लैंदे ने ना मेरे साले दा ऐ लगदा वी पखे नाल ऐ घुमकी जावां जदों तू भांडे मांजदी हुंदी आ जी करदा ना तेरे नाल भांडे मजावां रगड़ रगड़ के भांडे मजावां ਜਦੋਂ ਤੂੰ ਵਿਹੜਾ ਸੰਭਰਦੀ ਹੁੰਦੀ ਆ ਨਾ ਜਦੋਂ ਰਿਜੈਕਟ ਖੜਿਆ ਹੁੰਦਾ ਫਿਰ ਜੀ ਕਰਦਾ ਤੇਰੇ ਨਾਲ ਸਾਰਾ ਵਿਹੜਾ ਸੰਭਰਾਵਾਂ ਪਾਣੀ ਛਿੜਕ ਛਿੜਕ ਕੇ ਨਹੀਂ ਜਦੋਂ ਸਰੀਰ ਟੁੱਟਿਆ ਹੁੰਦਾ ਉਦੋਂ ਤਾਂ ਫਿਰ ਤੂੰ ਵਿਓ ਵਰਗੀ ਲੱਗਦੀ ਸੌਂ ਲੱਗੇ ਮੇਰੀ ਗੱਲ ਸੁਣ ਲੈ ਵੇ ਗੱਲ ਸੁਣ ਲੈ ਜਿਹੜਾ ਕੋਈ ਆਉਂਦਾ ਹਰੇਕ ਕੋਈ ਕਹਿੰਦਾ ਚੋ ਮਣ ਮਣ ਮੁਸ਼ਕ ਮਾਰਦੀ ਹੈ ਮਾਰਨੀ ਆ ਮੁਸ਼ਕ ਸਿੱਲਾ ਜਾ ਕੇ ਤੂੰ ਸਵਾਟਰ ਪਾ ਲੈ ਨਾ ਧੋਨੀ ਮਗਰੋਂ ਆਵੇ ਸਾਂਭਣ ਵਾਸਤੇ ਧੋਨੀ ਆ ਨਾ ਸਾਂਭਣ ਦਿਨਾ ਨਾ ਬਾਤ ਤਾਂ ਮੇਰਾ ਜੀ ਕਰਦਾ ਨਾ ਮੈਂ ਮੇਰੇ ਸਾਲੀ ਦੇ ਪਥਾੜੇ ਤੇ ਮਾਰੂੰਗਾ ਖੁੰਡਾ ਖੁੰਡਾ ਕਿੱਥੇ ਲੈ ਖੁੰਡਾ ਕੌਣ ਲੈ ਗਿਆ ਓਏ ਪੋਲੇ ਨੂੰ ਸਾਰਾ ਕੁਝ ਦੱਸੂਗਾ ਤੂੰ ਮੇਰੇ ਨਾਲ ਲੜਦੀ ਦੀ ਨਾਲੇ ਮੈਂ ਸਾਰਾ ਕੰਮ ਕਰਦਾ ਸੀ ਕਰਦਾ ਕੰਮ ਸਾਰਾ ਦਿਨ ਡੋਡੇ ਚੱਪਣ ਤੋਂ ਬਗੈਰ ਕੋਈ ਕੰਮ ਨਹੀਂ ਮੈਨੂੰ ਤਾਂ ਐ ਸੀ ਰਾਤ ਕੱਟੀ ਐ ਨੇ ਡੋਟਿਆਂ ਦੀ ਨਪੁੱਤੇ ਦਾ ਫੇਰ ਪਤਾ ਨਹੀਂ ਕਿੱਥੋਂ ਲਿਆ ਮੇਰੇ ਸਾਲੀ ਦੇ ਦੋ ਡੋਡੇ ਵੱਧ ਖਾਣੇ ਪੈਣਗੇ ਸੂਈ ਫੇਰ ਸਾਲੀ ਹਰੇ ਚ ਡਿੱਗੀ ਜਦੋਂ ਲਾਲਚ ਆ ਗਈ ਨਾ ਤੇਰੇ ਨਾਲ ਫੇਰ ਲਾਣਾ ਮੱਥਾ ਤੇਰੇ ਨਾਲ ਮੈਂ ਨਾ ਲਾ ਲਈ ਤੂੰ ਮੱਥਾ ਜਿਹੜਾ ਤੇਰਾ ਲਾਈ ਦਾ ਆਹੋ ਨਹੀਂ ਮੱਥੇ ਮੁੱਥੇ ਤਾਂ ਫੇਰ ਲਾਵਾਂਗੇ ਮੇਰੀ ਗੱਲ ਸੁਣ ਨਹੀਂ ਆ ਖਾ ਲਾ ਦੋ ਡੋਡਕਣੇ ਸੌਂ ਲੱਗੇ ਐਂ ਲੱਗੂਆ ਖਾ ਕੇ ਜਿਵੇਂ ਪੇਕੇ ਆਈ ਹੋਵੇਂ ਨਹੀਂ ਭਰਜਾਈਏ ਮੰਨ ਲੈ ਜੇਠ ਦਾ ਕਹਿਣਾ ਇਹਨੇ ਵੀ ਮੇਰਾ ਨਾ ਦਿਮਾਗ ਖਰਾਬ ਕਰਤਾ ਪਾਥੀਆਂ ਚੱਕਣੀਆਂ ਸੀ ਉਹ ਤਾਂ ਰਹਿ ਹੀ ਗਈਆਂ ਅੱਛਾ ਖਾਣ ਆਈਆਂ ਲੈ ਬੇ ਤੂੰ ਮਰ ਜੇ ਇਹ ਜਾ ਬੇ ਨਹੀਂ ਝੋਛਣ ਆਈ ਮੈਂ ਤਾਂ ਪਾਥੀਆਂ ਚੱਕਣ ਆਈ ਸੀ ਅੱਗ ਤਾਂ ਬਾਲਣੀ ਹੈ ਤੇਰਾ ਤਾਂ ਪਤਾ ਹੀ ਹੈ ਖਾ ਕੇ ਡੋਡੇ ਜਿੱਥੇ ਲੱਗ ਗਈ ਬਿਰਤੀ ਉਧਰ ਨੂੰ ਹੋ ਜਾਂਦਾ ਜੈ ਖਣੇ ਦਾ ਐਡੀ ਚੰਦਰੀ ਆ ਨੇ ਮੇਰੀ ਭਰਜਾਈ ਵੀ ਨਹੀਂ ਮੇਰੇ ਕਹੇ ਤੋਂ ਅੱਜ ਖਾ ਕੇ ਦੇਖ ਸੌਂ ਲੱਗੇ ਪੱਖੇ ਮੰਗੂ ਐਂ ਘੁੰਮਕੇਂਗੀ ਜਿੱਥੇ 12 ਰੋਟੀਆਂ ਪਕਾਉਣੀਆਂ ਨੇ ਜੇ 18 ਨਾ ਪਕਾਈਆਂ ਤਾਂ ਮੈਨੂੰ ਵੀ ਧਰਨਾੜ ਸਿੰਘ ਝਿੰਜਰ ਨਾ ਕਹੀਂ ਵੇ ਤੂੰ ਮੇਰੇ ਤੋਂ ਊਣਾ ਮਾਰ ਕੇ ਮੈਂ ਪਾਥੀ ਤੇਰਾ ਸਿਰ ਪਾੜ ਦੂੰ ਟਿਕ ਜਾ ਇਹ ਚੰਦਰੀਆ ਗਜਾਉਂਗਾ ਤੈਨੂੰ ਵੀ ਐ ਚਾਹ ਤੇ ਦੇਖ ਕੇ ਆਇਆ ਕਰੂੰਗਾ ਭੁੱਕੀ ਦੇ ਦੋ ਚਮਚੇ ਮਹੀਨਾ ਕਿ ਤੈਨੂੰ ਖਵਾ ਕੇ ਨਾ ਫਿਰ ਉਦੋਂ ਬਾਅਦ ਛਡਾ ਦੂੰਗਾ ਪਿੰਡਾ ਫਿਰ ਮੇਰੇ ਸਾਲੇ ਦੀ ਬਿਲਕਦੀ ਫਿਰੂਗੀ ਵੀ ਮੇਰੀਆਂ ਲੱਤਾਂ ਦੁਖਦੀਆਂ ਨੇ ਮੇਰੀਆਂ ਪਿਲਣੀਆਂ ਦੁਖਦੀਆਂ ਨੇ ਫਿਰ ਕਿਆ ਕਰੂਗੀ ਵੇ ਜੇਠਾ ਲਵਾਈ ਚਮਚਾ ਵੇ ਜੇਠਾ ਲਵਾਈ ਚਮਚਾ ਫਿਰ ਜੱਟ ਵੀ ਕਿਹਾ ਕਰੂਗਾ ਚੱਲ ਮੇਰੇ ਨਾਲ ਕਰਾ ਕੰਮ ਨਵਾਈ ਮੈਂ ਸਾਂ ਇਹ ਕਿਹਾ ਗੁਰੂ ਲਵਾ ਚਮਚਾ ਮੈਂ ਗੁਰੂ ਨਵਾ ਮੈਂ ਸਾਂ ਹਾਏ ਰੱਬਾ ਜੇ ਕਿਤੇ ਮੋਹਾਲੀ ਵਾਲੀ ਸਾਈਡ ਨਾ ਗੱਲ ਬਣ ਜੇ ਕਿਸੇ ਨਾਲ ਉੱਧਰੋਂ ਕੁੜੀਆਂ ਬਹੁਤ ਸੋਹਣੀਆਂ ਨੇ ਅਤੇ ਸ਼ੀਸ਼ੇ ਦਾ ਹੋਵੇ ਘਰ ਸਮੁੰਦਰ ਦੇ ਕਿਨਾਰੇ ਅਤੇ ਛੱਲ ਵੱਜੇ ਸ਼ੀਸ਼ੇ ਨਾਲ ਹਾਏ ਛੱਲ ਵੱਜੇ ਸ਼ੀਸ਼ੇ ਨਾਲ ਇਹਦੀ ਭੈਣ ਅਤੇ ਇਹਦੀ ਦੇ ਸਾਰਾ ਮੂਡ ਏ ਖਰਾਬ ਕਰਤਾ ਮੇਰੇ ਇਸ ਸਾਲੇ ਦੇ ਨੇ ਕਾ ਧੜਕਣ ਜੀ ਲਾ ਹੈਲੋ ਹੋ ਆ ਕਿਹੜਾ ਬੋਲਦਾ ਅੱਛਾ ਮਿੱਟੂ ਕਪੈਨ ਵਾਲਾ ਅਰੀ ਪਰਾਂ ਹੋ ਕੇ ਮੂਤਲਾ ਕੰਜਰ ਦੇ ਦੀ ਤਾਂ ਮੈਂ ਇਸ ਨੂੰ ਕਹਿਣਾ ਓਏ ਅੱਛਾ ਮਿੱਟੂ ਕਪੈਨ ਵਾਲਾ ਓ ਕੰਜਰ ਦੇ ਨਾਲੇ ਤੂੰ ਚੱਕੀ ਵਾਲਾ ਕਹਾਣੀ ਜਾਂਦਾ ਓਏ ਦੋ ਦੋ ਚੀਜ਼ਾਂ ਕਿਵੇਂ ਚਲਾਈ ਜਾਂਦਾ ਉਹ ਮਖੌਲ ਦਾ ਕਾਨੂੰ ਹਾਂ ਕਿਵੇਂ ਕਰਾਂ ਦੀ ਫੋਨ
ਓ ਮੈਂ ਛੜਾ ਬੰਦਾ ਯਾਰ ਮੈਨੂੰ ਕਾਹਨੂੰ ਟੋਕਦਾ ਹੁੰਦਾ ਯਾਰ ਇਹੋ ਜਿਹੀਆਂ ਗੱਲਾਂ ਵਾਸਤੇ ਯਾਰ ਪੈਸਾ ਨਹੀਂ ਟਕਾ ਮੇਰੇ ਲਵੇ ਕਿਹੜੇ ਨੇ ਗਰੋ ਓ ਸਾਡੇ ਵਾਲਾ ਭੋਲਾ ਸਾਹਿਬ ਕਰੂ ਐਮ ਪੀ ਆ ਰਿਹਾ ਉਹ ਤੂੜੀ ਵਾਲੀ ਲੈ ਕੇ ਆ ਜਾਣ ਦੇ ਉਹਨੂੰ ਇਹ ਵੀ ਗੱਲ ਠੀਕ ਹੈ ਤੇਰੀ ਚੱਲ ਫਿਰ ਇੰਨੇ ਕੁ ਤਾਂ ਮੈਂ ਕਰਦਾ ਆ ਦੁੱਧ ਜਿਹਾ ਪਾਉਂਦੇ ਹੁੰਦੇ ਜਿਹੜੇ ਦੋਧੀ ਤੋਂ ਲੈ ਕੇ ਦੇ ਦਿੰਦਾ ਤੈਨੂੰ ਹੈਂ ਹਾਂ ਐਂ ਕਰਦਾ ਫਿਰ ਮੈਂ ਜਾਂਦਾ ਦੋਧੀ ਲਵੇ ਆ ਚਾਹ ਦੀ ਕੁੱਟ ਝੁਲਸ ਕੇ ਜਾਂਦਾ ਯਾਰ ਉਹ ਤਪਾਣਾ ਹੋਰ ਕੀ ਕਰਾਂ ਯਾਰ ਤੈਨੂੰ ਕੀ ਪਤਾ ਮੈਂ ਕਿੰਨਾ ਔਖਾ ਯਾਰ ਮੇਰੀ ਤਾਂ ਵੇਲਣ 'ਚ ਬਾਹਰ ਰਹਿੰਦੀ ਆ ਸਾਰਾ ਦਿਨ ਚੱਲ ਫਿਰ ਦੱਸੋ ਅਗਲੇ ਦੁੱਖ ਪਊਗਾ ਪੀ ਕੇ ਤੈਨੂੰ ਚੱਲ ਚੰਗਾ ਜਦੋਂ ਚਾਹ ਵੀ ਨਹੀਂ ਪੀ ਮੈਨੂੰ ਫੋਨ ਕਰਦੇ ਨੇ ਮੇਰੇ ਲਵੇ ਕੁੱਤੀ ਖੌੜੀ ਨੀ ਹੈਗੀ ਕੀ ਕਹਿੰਦੇ ਹੁੰਦੇ ਨੇ ਫੁੱਟੀ ਖੌੜੀ ਮੈਂ ਕਹਿੰਦਾ ਕੀ ਸੀ ਤੈਨੂੰ ਕਹਿੰਦਾ ਪੈਸੇ ਚਾਹੀਦੇ ਨੇ ਮੈਨੂੰ ਵਧਾਈ ਦੇ ਹਾਂ ਹੁਣ ਮੈਂ ਉਹਨੂੰ ਕਹਿਤਾ ਕਹਿੰਦਾ ਅੱਧ ਪਚੱਦ ਤਾਂ ਦੇ ਕਹਿੰਦਾ ਤੇਲ ਜੋਗੇ ਦਾ ਦੇ ਫਿਰ ਕਰ ਲੂਗਾ ਸਿਆ ਭੁੱਲ ਆ ਕੇ ਹੁਣ ਮੈਂ ਉਹਨੂੰ ਦੋਧੀ ਤੋਂ ਲਿਆ ਕੇ ਦੇਣਾ ਤੂੰ ਦੋਧੀ ਕੋਲੇ ਕੀ ਕਰਨ ਜਾਣਾ ਕੀ ਕਰਨ ਜਾਣਾ ਕਹਿੰਦੀ ਪੈਸੇ ਲੈਣ ਜਾਣਾ 10,000 ਰੁਪਇਆ ਲਿਆ ਕੇ ਦੇਣਾ ਇੰਨੇ ਅਗਲਾ ਖੜ ਦੂਗਾ ਇੰਨੇ ਆ ਕੇ ਭੋਲਾ ਸਾਹਿਬ ਕਰ ਦੂਗਾ ਫੇ ਤੂੰ ਰਹਿਣ ਦੇ ਦੋਧੀ ਕੋਲੇ ਜਾਣ ਨੂੰ ਉਹ ਆਪੇ ਘਰੇ ਫੜਾ ਜਾਂਦਾ ਹੁੰਦਾ ਅੱਗੇ ਵੀ ਪੈਸੇ ਤੈਨੂੰ ਕੀ ਪਤਾ ਮੇਰੀ ਗੱਲ ਸੁਣ ਤੂੰ ਬੰਦਿਆਂ ਦੇ ਗੱਲਾਂ 'ਚ ਨਾ ਬੋਲਿਆ ਕਰ ਮੈਂ ਤੈਨੂੰ ਸਿੱਧੀ ਜੀ ਗੱਲ ਦੱਸਾਂ ਇੰਦਰੀਪ ਗੋਰੋ ਜੀ ਮੇਰੇ ਨਾਲੇ ਮੱਥਾ ਲਾਈ ਰੱਖਦੀ ਆ ਸਾਰਾ ਦਿਨ ਬੀਪੀ ਮੇਰੇ ਸਾਲ 360 ਤੇ ਰਹਿੰਦਾ ਟੁੱਟ ਪੈਣੀ ਨੂੰ ਨਾ ਜਿੰਨਾ ਮਰਜ਼ੀ ਕਹਿ ਦੇ ਕਿਸੇ ਕੰਮ ਨੂੰ ਜਮਾ ਨਹੀਂ ਆਖੇ ਲੱਗਦਾ ਉਹ ਤੂੰ ਪੁੱਠਾ ਹੀ ਕਰੂ ਵਗ ਜਾ ਮੈਂ ਚੱਕ ਕੇ ਮਾਰੂਗਾ ਗੁੱਸੇ ਰੋੜਾ ਜਿੱਥੇ ਹੈਗਾ ਮੈਨੂੰ ਰੋ ਮਾਰੂ ਇਹ ਮੈਂ ਝਾਕ ਰਹੀ ਹਾਂ ਮੇਰੇ ਸਾਲ ਦੀ ਗਿਰਜ ਚੋਂ ਜਿਵੇਂ ਗਿਰਜਾਂ ਗਾਇਬ ਹੋ ਗਈਆਂ ਨਾ ਐਂ ਗਾਇਬ ਕਰ ਦੂੰਗਾ ਜਿੱਥੇ ਮੇਰੇ ਧੱਕੇ ਚੜ ਗਈ ਮਾਰ ਮਾਰ ਕੇ ਜੂਤ ਗੱਲਾਂ ਕਰਦੀ ਹੈ ਟੋਕਦੀ ਫੇਰ ਚੰਡੀ ਕਰਾਤੀ ਮਾੜੀ ਜਿਹੀ ਕੋਸੀ ਦੀ ਜਿਹੜੀ ਲੈਂਦੀ ਆ ਠੂ ਇੱਥੇ ਮੇਰੇ ਸਾਲ ਤਾਂ ਮੈਂ ਸ਼ੀਸ਼ਿਆਂ ਦੇ ਮਹਿਲ 'ਚ ਜਾ ਰਹੀ ਮੋਹਾਲੀ ਉੱਧਰ ਸਮੁੰਦਰ ਦੇ ਕਿਨਾਰੇ ਹਾਏ ਓ ਰੱਬਾ ਜੇ ਕਿਤੇ ਭੋਲੇ ਬਾਬੇ ਜੇ ਤੂੰ ਦੇ ਮੈਨੂੰ ਨੋਟਾਂ ਦੀ ਮਸ਼ੀਨ ਉਹ ਭੋਲੇ ਬਾਬੇ ਜੇ ਤੂੰ ਦੇ ਮੈਨੂੰ ਨੋਟਾਂ ਦੀ ਮਸ਼ੀਨ ਅਸੀਂ ਭੁੱਕੀ ਛੱਡ ਕੇ ਖਾਇਆ ਕਰਾਂਗੇ ਤੋਲਾ ਤੋਲਾ ਫੀਮ ਅਸੀਂ ਭੁੱਕੀ ਛੱਡ ਕੇ ਤੋਲਾ ਤੋਲਾ ਖਾਇਆ ਕਰਾਂਗੇ ਫੀਮ ਲਜਾਣਾ ਤਾਂ ਪਊ ਚੱਲ ਮਨ ਮੈਨੂੰ ਤਾਂ ਇਹ ਸੀ ਵੀ ਇਹ ਟਲ ਜੂਗਾ ਕਾਣੂ ਟਲਦਾ ਹਾਏ ਵੇ ਰੱਬਾ ਜੇ ਇਹਨੂੰ ਪਤਾ ਲੱਗ ਗਿਆ ਇਹ ਤਾਂ ਮੇਰੀ ਗੁੱਤਨੀ ਪੱਟ ਦੂ ਹਾਏ ਹੇ ਸੱਚੇ ਪਾਤਸ਼ਾਹ ਇਹਨੂੰ ਦੁੱਧ ਹੀ ਨਾ ਮਿਲੇ ਨਹੀਂ ਤਾਂ ਪਤਾ ਨਹੀਂ ਮੇਰਾ ਕੀ ਹਾਲ ਕਰੂਗਾ ਇਹ ਕਿਹੜੀ ਕੌਲੀ ਜਿਹੜੀ ਕੌਲੀ ਚ ਕਦੇ ਖੰਡ ਕਦੇ ਚਾਹ ਕਦੇ ਹਲਦੀ ਲੈ ਕੇ ਜਾਂਦੀ ਹੁੰਦੀ ਕਦੇ ਮਿਰਚਾਂ ਮੇਰੀ ਗੱਲ ਸੁਣ ਲੈ ਮਿੰਦੋ ਇੱਕ ਸਿੱਧੀ ਜੀ ਇੱਕ ਗੱਲ ਹੈ ਮੂੰਹ ਦਿਖਾਣਾ ਦਿਖਾ ਨਹੀਂ ਦਿਖਾਣਾ ਨਾ ਦਿਖਾ ਕੋਈ ਚੱਕਰ ਨਹੀਂ ਜੱਟ ਨੂੰ ਮੂੰਹ ਦੇਖਣ ਦਾ ਸ਼ੌਂਕ ਨਹੀਂ ਹੈਗਾ ਮੇਰੀ ਤਾਂ ਗਾਟੀ ਮੋਹਾਲੀ ਪਈ ਹੋਈ ਹੈ ਹਾਂ ਕਿਤੇ ਕਹਿੰਦੀ ਉਵੇਂ ਪਰ ਮੇਰੀ ਸਿੱਧੀ ਜੀ ਗੱਲ ਸੁਣ ਲੈ ਨਾ ਤਾਂ ਸਾਡੇ ਹਲਦੀ ਪਾਣੋ ਹਟ ਗਿਆ ਸੀ ਕਹਿੰਦੇ ਵਧੀਆ ਨਹੀਂ ਹੁੰਦੀ ਇਹ ਮਿਰਚਾਂ ਸੀ ਪਾਣੋ ਹਟ ਗਏ ਹੈਂ ਕਹਿੰਦੇ ਕਾਲਜਾ ਮੱਚਦਾ ਅਰ ਮੇਰੀ ਗੱਲ ਸੁਣਨ ਨੂਣ ਰਹਿ ਗਿਆ ਇਕੱਲਾ ਖੰਡ ਨਹੀਂ ਅਸੀਂ ਖਾਂਦੇ ਕਹਿੰਦੇ ਸ਼ੂਗਰ ਹੋ ਜਾਂਦਾ ਨਾ ਗੋੜਾ ਸਾਡੇ ਲਵੇ ਇਹ ਵੀ ਸ਼ੂਗਰ ਬਣਾਉਂਦਾ ਕਹਿੰਦੇ ਹੈ ਕੋਲੈਸਟ੍ਰੋਲ ਬਣਾਉਂਦੀਆਂ ਨੇ ਕਈ ਚੀਜ਼ਾਂ ਹੈ ਕਈ ਬਹੁਤ ਕੁਛ ਕਰਦੇ ਮੇਰੀ ਗੱਲ ਸੁਣੋ ਸਾਡੇ ਘਰੇ ਨੂਣ ਹੈ ਜੇ ਕੁਛ ਮੰਗਣ ਆ ਗਈ ਅੱਜ ਸਾਡੇ ਘਰੇ ਨਾ ਔਰ ਤੂੰ ਦੇਖ ਲਈ ਵੇ ਕਿਹੜਾ ਟੇਸ਼ਨ ਫੜ ਲਿਆ ਆਪਦੀ ਭਕਾਈ ਮਾਰੀ ਜਾਂਦਾ ਵੀ ਮੈਂ ਤਾਂ ਤੇਰੀ ਭਰਜਾਈ ਲਵੇ ਜਾਂਦੀ ਸੀ ਉਹ ਸਲੂਨ ਦਾ ਪੁੱਛਣ ਉਹਦੇ ਚਾਚੇ ਦੀ ਕੁੜੀ ਦਾ ਕੀਤਾ ਹੋਇਆ ਸ਼ਹਿਰ 'ਚ ਕਿਹੜਾ ਸਲੂਨ ਵੇ ਆਹ ਜਿਹੜੇ ਮੂੰਹ ਮੱਥਾ ਜਿਹਾ ਬਣਾਉਂਦੇ ਹੁੰਦੇ ਆ ਅੱਛਾ ਉਹ ਜਿਹੜਾ ਪਾਰਲਰ ਪੂਲਰ ਕਹਿੰਦੇ ਹੁੰਦੇ ਨੇ ਆਹੋ ਨਿਮਿੰਦੋ ਜੇ ਗੁੱਸਾ ਨਾ ਮੰਨੇ ਨਾ ਸਹੇਲੀਆਂ ਦੇ ਤਾਕਤ ਮੈਂ ਵੀ ਲਾ ਦਿੰਦਾ ਤੂੰ ਨਾ ਬਾਹਰ ਅੱਗੇ ਨਾ ਵੱਧ ਮੇਰੇ ਵੀ ਜੁੱਤੀ ਪਾਈਏ ਪੈਰ 'ਚ ਮੈਂ ਵੀ ਚੰਗੀ ਤਰ੍ਹਾਂ ਲਾਉਣ ਜਾਣਦੀ ਹਾਂ ਐਂ ਤਾਂ ਪਤਾ ਫਿਰ ਮੈਨੂੰ ਹਾਂ ਇੰਨਾ ਮਾੜਾ ਨਹੀਂ ਹੈਗਾ ਮੈਂ ਤੇਰਾ ਜੇਠ ਮੈਂ ਤੈਨੂੰ ਸਿੱਧੀ ਜੀ ਗੱਲ ਦੇਖਣਾ ਤੇ ਮੇਰੀ ਭਰਜਾਈ ਜਿਹੜੀ ਪੱਲਾ ਕਰਦੀ ਹੈ ਤੂੰ ਕਿਉਂ ਪੱਲਾ ਕਰਦੀ ਹੈ ਮੈਂ ਤੇਰਾ ਕੀ ਦੁਸ਼ਮਣ ਹਾਂ ਵੇ ਐਵੇਂ ਨਿਗਾ ਲਾ ਦੇਂਗਾ
बस लंघी आंदी आ ते मेनू काम आ मेनू जान दे अर जे साडे घरों लई आ कुसार देख ली मैं हुणे मुड़दा ਮੈਂ ਕੁਛ ਨਹੀਂ ਲੈ ਕੇ ਆਉਂਦੀ ਆ ਡਰੈਸ ਪੁੱਛਣ ਜਾਨੀ ਆ ਸੌਖਾ ਬਾਬੇ ਦੀ ਲੈ ਮੈਂ ਕਿਉਂ ਸੌਖਾਵਾਂ ਮਰ ਜਾਂਦਾ ਪਕਾਈ ਕੀ ਚੱਕਰ ਹੈ ਮੇਰੇ ਸਾਲ ਦੀ ਠੂ ਸਾਡੇ ਕਰੇ ਇੱਧਰ ਦੀ ਆਉਂਦੀ ਆ ਐਂ ਠੂ ਸਾਡੇ ਕਰੇ ਇਹ ਪੱਟੂ ਕੀ ਜਿਹੜੇ ਜਿੱਡੇ ਸਾਡਾ ਘਰ ਪੱਟਿਆ ਜਦੋਂ ਤੱਕ ਨੂਣ ਪਾਣੀ ਸਾਡੇ ਮੁੱਕਦਾ ਨਹੀਂ ਨਾ ਅਸੀਂ ਮਰਦੇ ਨਹੀਂ ਭੁੱਖੇ ਉਦੋਂ ਤੱਕ ਕਾਣੋਂ ਨਹੀਂ ਹਟਦੀ ਮੈਂ ਤਾਂ ਕਹਿਣਾ ਚਿੜੀਏ ਸਰਪੰਚ ਨੂੰ ਵੀ ਇੱਧਰ ਦੀ ਇੱਕ ਗਲੀ ਹੋਰ ਲਾ ਦੇ ਐਂ ਦੀ ਐਂ ਦੇ ਟੱਪ ਜਿਹਾ ਕਰੂਗੀ ਇਹ ਦੋਧੀ ਲਵੇ ਜਾਣ ਦੇ ਯਾਰ ਗੱਲੇ ਨੀ ਲਾ ਦੋ ਸੰਗਲੇ ਦੇ ਹਾਏ ਹਾਏ ਨੀ ਭੈਣੇ ਮੱਝ ਖੁੱਲ ਗਈ ਨੀ ਕਿਉਂ ਮੱਝ ਖੁੱਲ ਗਈ ਆ ਤੇਰੇ ਜੇਠ ਦੇ ਕਹਿਣੀ ਆ ਓਏ ਹੋ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਤੂੰ ਨਾ ਲੱਗਿਆ ਕਰੇ ਦੇ ਮੂੰਹ ਨੀ ਮੈਂ ਕਦੋਂ ਲੱਗਦੀ ਐ ਇਹ ਭੈੜੇ ਮੂੰਹ ਵਾਲਾ ਆਪ ਹੀ ਮੱਥੇ ਵੱਜਦਾ ਮੇਰੇ ਨਾਲੇ ਮੈਂ ਇਹੋ ਜਿਹੇ ਦੇ ਮੂੰਹ ਨਹੀਂ ਲੱਗਦੀ ਸੜੇ ਹਾਨ ਦੇ ਚੱਲ ਚੰਗਾ ਛੱਡ ਤੂੰ ਕਿਵੇਂ ਆਈ ਸੀ ਮੈਨੂੰ ਐਂ ਦੱਸ ਪਹਿਲਾਂ ਨਹੀਂ ਮੈਂ ਤਾਂ ਅੱਜ ਬਾਜ਼ਾਰ ਜਾਂਦੀ ਸੀ ਉਹ ਤੂੰ ਮੈਨੂੰ 10,000 ਰੁਪਏ ਦਿੱਤਾ ਸੀ ਨਾ ਸੂਟਾਂ ਲਈ ਤਾਂ ਪੁੱਛਦੀ ਸੀ ਵੀ ਕਿਹੜੇ ਕਿਹੜੇ ਰੰਗ ਦੇ ਸੂਟ ਲੈ ਕੇ ਆਉਣੇ ਆ ਨਹੀਂ ਭੈਣੇ ਅੱਜ ਕੱਲ੍ਹ ਜਿਹੜੇ ਵਧੀਆ ਵਧੀਆ ਚੱਲੇ ਵੇ ਆ ਰੰਗ ਜੇ ਉਹੇ ਜੇ ਲਿਆਈ ਜਿਵੇਂ ਇੱਕ ਆਹ ਮਸ਼ਲੀਨ ਦੇ ਸੂਟ ਬਲਾਈ ਚੱਲੇ ਵੇ ਆ ਕੁੜੇ ਹਾਂ ਮਸ਼ਲੀਨ 'ਚ ਇੱਕ ਤਾਂ ਆਹ ਮੈਂ ਕੁੜੀਆਂ ਦੇ ਬਥੇਰੇ ਪਾਏ ਦੇਖਿਆ ਜਾਮਣੀ ਜਾਂ ਫਿੱਕਾ ਜਿਹਾ ਰੰਗ ਇੱਕ ਹੋ ਗਿਆ ਸਰਦਈ ਜੇ ਰੰਗ ਦਾ ਲਿਆਈ ਸੂਟ ਹੈ ਤੇ ਜੇ ਬਚ ਗਏ ਪੈਸੇ ਕਿੰਨੇ 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 ਹੋਣਗੇ ਭਲਾ ਆ ਜਾਣਗੇ ਕੋਈ 2-2, 3-3 ਹਜ਼ਾਰ ਦੇ ਸੂਟ 3-3 ਹਜ਼ਾਰ ਦੇ ਹੋ ਗਏ ਫਿਰ 4 ਤੇ ਕੋਈ ਨਾ ਮੈਂ ਆਪੇ ਵੱਧ ਘੱਟ ਕਰਾ ਕੇ ਆਪੇ ਲਿਆਉਂਗੀ ਤੂੰ ਮੈਨੂੰ ਐਂ ਦੱਸ ਦੇ ਸਾਰੇ ਮਸ਼ਲੀਨ ਦੇ ਲੈ ਕੇ ਆਉਣੇ ਆ ਹਾਂ ਮਸ਼ਲੀਨ ਦੇ ਲਿਆਈ ਇੱਕ ਅੱਧਾ ਜੋਰਜੱਟ ਦਾ ਲਿਆਈ ਕੁੜੇ ਤੇ ਸੂਤੀ ਵੀ ਲਿਆ ਦੂ ਇੱਕ ਅੱਧਾ ਆਹੋ ਦੇਖ ਕੇ ਲਈ ਬਾਕੀ ਤੂੰ ਸੱਚ ਚੁੰਨੀਆਂ ਚੁੰਨੀਆਂ ਲੈ ਕੁੜੇ ਅੱਜ ਕੱਲ ਤਾਂ ਸੂਟਾਂ ਦੇ ਨਾਲ ਆਉਂਦੀਆਂ ਚੁੰਨੀਆਂ ਹੁਣ ਤੂੰ ਮੈਨੂੰ ਅੱਡ ਲਿਆ ਕੇ ਦੇਂਗੀ ਨਹੀਂ ਮਹਿੰਗੇ ਸੂਟਾਂ ਨਾਲ ਚੁੰਨੀਆਂ ਅਲੱਗ ਲੈਣੀਆਂ ਪੈਂਦੀਆਂ ਨੇ ਰੰਗਾਉਣੀਆਂ ਪੈਂਦੀਆਂ ਨੇ ਕਮਾਲ ਕਰਦੀਆਂ ਨੇ ਅੱਜ ਕੱਲ ਤਾਂ ਸਾਰੇ ਸੂਟਾਂ ਨਾਲ ਚੁੰਨੀਆਂ ਆਉਂਦੀਆਂ ਨਾਲੇ ਫਿਰ ਮੈਨੂੰ ਅੱਡ ਸਿਆਪਾ ਕਰਨਾ ਪੂ ਰੰਗਾਈ ਕਰਾਉਣੀ ਪਊ ਹੋਰ ਕਰਨਾ ਪੂ ਲਟਰ ਪਟਰ ਚੱਲ ਕੋਈ ਨਾ ਮੈਂ ਤਾਂ ਉਹੋ ਜਿਹੇ ਸੂਟ ਲਿਆ ਦੂ ਜਿਹਨਾਂ ਨਾਲ ਚੁੰਨੀਆਂ ਹੋਣਗੀਆਂ ਨਾਲੇ ਮੈਂ ਤੈਨੂੰ ਐਂ ਕਹਿੰਦੀ ਸੀ ਸੱਚ ਅੱਜ ਤੂੰ ਘੁੰਡ ਕੱਢ ਲਿਆ ਕਰ ਆਪਦੇ ਜੇਬ ਤੋਂ ਆ ਤੈਨੂੰ ਨਜ਼ਰ ਨੁਜ਼ਰ ਲਾ ਦੂਗਾ ਵਾਹਵਾ ਤੂੰ ਬਚੀ ਆਉਣੀ ਹੈ ਨਹੀਂ ਭੈਣੇ ਕਿੱਥੋਂ ਬਚੀ ਆਉਣੀ ਆ ਮੇਰੇ ਤਾਂ ਗਿੱਟੇ ਗੋਟੇ ਦੁਖਦੇ ਆ ਨਾਲੇ ਊਂ ਵੀ ਮੈਨੂੰ ਤਾਂ ਐਂ ਦੇ ਲੱਗਦਾ ਜਿਵੇਂ ਮੈਂ ਤਾਂ ਡੱਬ ਖੜਬੀ ਜੀ ਹੋ ਗਈ ਹੋਵਾਂ ਮੇਰੀ ਗੱਲ ਸੁਣ ਤੂੰ ਕਿਸੇ ਬਾਬੇ ਤੋਂ ਧੌਲਾ ਪਵਾ ਲੈ ਨਹੀਂ ਹੈਗਾ ਕੋਈ ਤੇਰੀ ਨਿਗਾਹ 'ਚ ਹੈਗਾ ਮੈਂ ਤੈਨੂੰ ਦੱਸੂੰਗੀ ਪਰ ਪੈਸੇ ਤਾਂ ਲੱਗਣਗੇ ਥੋੜ੍ਹੇ ਜੇ ਅੱਛਾ ਹਾਂ ਚੱਲ ਕੋਈ ਨਹੀਂ ਜਾ ਆਉਂਗੀ ਉਹ ਤਾਂ ਮੈਂ ਵੱਡੀ ਗੱਲ ਨਹੀਂ ਹੈਗੀ ਪਰਨ ਪੁੱਤੇ ਦਾ ਇਹ ਜੇ ਪੈਂਟਾ ਛੱਡੇ ਤਾਂ ਹੈ ਸਾਰਾ ਦਿਨ ਤਾਂ ਚਿਚੜੀਆਂ ਗੂ ਚਿੰਬੜਿਆ ਰਹਿੰਦਾ ਜਿੱਧਰ ਨੂੰ ਜਾਂਦੀ ਉੱਧਰ ਨੂੰ ਪਿੱਛੇ ਤੁਰ ਪੈਂਦਾ ਦੱਸ ਨਹੀਂ ਮੇਰੀ ਗੱਲ ਸੁਣ ਆਪਦੇ ਘਰ ਵਾਲੇ ਨੂੰ ਬਾਹਰ ਭੇਜ ਰੱਖਿਆ ਇਹਨੂੰ ਭੇਜਣਾ ਸੀ ਇਹ ਤੋਂ ਕੀ ਕਰਾਉਣਾ ਸੀ ਘਰੇ ਕੁੜੇ ਤੂੰ ਗੱਲ ਤਾਂ ਐਂ ਕਰਦੀ ਆ ਜਿਵੇਂ ਮੈਂ ਭੇਜਦੀ ਹੁੰਦੀ ਆ ਇਹ ਜਾਵੇ ਘਰੋਂ ਤਾਂ ਐ ਇਹ ਤਾਂ ਘਰ ਦਾ ਊਂ ਨਹੀਂ ਪੈਂਦਾ ਛੱਡਦਾ ਜਿਵੇਂ ਪਸ਼ੂ ਘਰ ਨਾਲ ਬੱਜੇ ਹੁੰਦੇ ਆ ਨਾ ਉਹ ਹਾਲੇ ਦਾ ਹੋਇਆ ਪਿਆ ਜਮਾ ਨਹੀਂ ਇੱਕ ਮਿੰਟ ਜੇ ਘਰੋਂ ਬਾਹਰ ਨਿਕਲ ਜੇ ਬਸ ਇਕੱਲਾ ਖੇਤ ਜਾਂਦਾ ਉਹ ਵੀ ਇਹ ਬਾਹਰੋਂ ਕੁੰਡਾ ਲਾ ਕੇ ਜਾਂਦਾ ਵੀ ਕਿਤੇ ਮੈਂ ਨਾ ਬਾਹਰ ਨਿਕਲ ਜਾਂ ਨੀ ਭੈਣੇ ਬਾਹਲਾ ਬੁਰਾ ਹਾਲ ਆ ਸੱਚੀ ਮੈਨੂੰ ਤਾਂ ਬਾਹਲਾ ਹੀ ਤਰਸ ਆਉਂਦਾ ਤੇਰੇ ਚੱਲ ਭੈਣੇ ਆਪਦੀਆਂ ਆਪ ਨਿਬੇੜ ਹੁਣ ਮੈਂ ਕੀ ਕਰਾਂ ਇਹਦੇ 'ਚ ਆਹੋ ਆ ਦੁੱਧ ਵਾਲੀ ਗੱਡੀ ਲੇਟ ਆਈ ਤੀ ਯਾਰ 12 ਵਜਾ ਤੇ ਉਹਨਾਂ ਨੇ ਜਵਾਨ ਤਿਲਕ ਗਈ ਮੇਰੇ ਯਾਰ ਉਹ ਇੱਕ ਤਾਂ ਮੈਂ ਘਰੇ ਬਦੀਨ ਕਰਖਿਆ ਮੇਰੀ ਭਰਜਾਈ ਨੇ ਉੱਤੋਂ ਤੂੰ ਵੀ ਮੇਰੇ ਯਾਰ ਤੂੰ ਤਾਂ ਯਾਰ ਆ ਮੇਰਾ ਯਾਰ ਕੰਮ ਦੱਸ ਫਿਰ ਉਹ ਕੰਮ ਦਾ ਪੈਸੇ ਮੰਗੇ ਨੇ ਪਣੋਈਏ ਪੈਸੇ ਦੇ ਦੇ ਤੂੜੀਆ ਉਹਨੂੰ ਕੰਪੈਨ ਵਾਲੇ ਨੂੰ ਦੇਣੇ ਨੇ ਬਿੱਟੂ ਨੂੰ ਪਰਸੋਂ ਤਾਂ ਜੇ ਘਰੇ ਫੜਾ ਕੇ ਆਇਆ ਹਿਸਾਬ ਕਰਕੇ ਤੇਰੀ ਭਰਜਾਈ ਨੂੰ ਐਂ ਝਾੜਾਂ ਤੇ ਲੱਗਦੇ ਨੇ 30 ਦਿਨ ਕਿੰਨੇ ਹੋਏ 10,000 ਇੱਕ ਮਹੀਨੇ ਦਾ ਕਰਿਆ ਤੀ ਹਿਸਾਬ ਭੋਲੇ ਨੂੰ ਵੀ ਭੇਜਤਾ ਤੀ ਵਟਸਐਪ 'ਤੇ ਠੀਕ ਹੈ ਉਹਨੂੰ ਪੁੱਛ ਲੈ ਜਾ ਕੇ ਮੇਰੇ ਸੌਂਡ ਗਣੀ ਨੇ ਮੈਨੂੰ ਦੱਸਿਆ ਕਹਿ ਤਾਂ ਨਹੀਂ ਹੋਏ ਐਡੀਆਂ ਐਡੀਆਂ ਚੋਰੀਆਂ ਜੇ ਚੋਰੀਆਂ ਰੱਖਣ ਲੱਗੀ ਫਿਰ ਤਾਂ ਵੱਸ ਗਏ ਘਰ ਫਿਰ ਤਾਂ ਪਾ ਲਈਆਂ ਕੋਠੀਆਂ ਹਾਂ ਪਾਲ ਲਏ ਲਾਲ ਫਿਰ ਤਾਂ ਭੋਲੇ ਨੇ
ਜੀ ਆ ਗਏ ਹੁਣ ਜੇਠ ਜੀ ਜੇਠ ਜੀ ਹੈ ਉਹ ਹੇਠ ਜੀ ਵੀ ਨਹੀਂ ਕਹਿੰਦੀ ਨਾ ਮੇਰੀ ਗੱਲ ਸੁਣ ਗੋਰਖੋ ਜੀ ਫਿਰ ਕਹੇਗੀ ਮੈਨੂੰ ਗੋਰਖੋ ਕਹਿੰਦਾ ਹੈ ਨਾ ਉਹ ਤੇਰਾ ਪਤੰਦਰ ਤੇਰਾ ਜਦੋਂ 10,000 ਰੁਪਇਆ ਫੜਾ ਗਿਆ ਦੋਤੀ ਤੂੰ ਮੈਨੂੰ ਉੱਥੇ ਦੱਸ ਨਹੀਂ ਸਕਦੀ ਚਾਹ ਪੀਂਦੇ ਨੂੰ ਵੀ ਫੜਾ ਕੇ ਵਗ ਗਿਆ ਓਹੋ ਤੁਹਾਨੂੰ ਦੱਸੀ ਤਾਂ ਜਾਂਦੀ ਸੀ ਜੇ ਤੁਹਾਡਾ ਟੋਡਿਆਂ 'ਚੋਂ ਧਿਆਨ ਨਿਕਲੇ ਤਾਂ ਹੈ ਨਾ ਟੋਡੇ 'ਚ ਵੀ ਆਉਂਦੇ ਸੀ ਬਿਰਤੀ ਲੱਗ ਗਈ ਤੁਹਾਡੀ ਇਹਨੂੰ ਲੱਗਦਾ ਹੈ ਮੂੰਹ ਥਾਣੀ ਖਾਂਦਾ ਸੀ ਟੋਡੇ ਮੈਂ ਕੰਨਾਂ ਥਾਣੀ ਨਹੀਂ ਵੀ ਬੰਦ ਹੋ ਗਏ ਤੇ ਇਹਦਾ ਮਤਲਬ ਵੀ ਮੈਂ ਮੇਰਾ ਡਾਟਾ ਡਿਲੀਟ ਹੋਣ ਲੱਗ ਗਿਆ ਦਿਮਾਗ 'ਚੋਂ ਮੈਂ ਪਾਗਲ ਹਾਂ ਨਾ ਤੈਨੂੰ ਮੈਂ ਕਿਸੇ ਪਾਸੋਂ ਪਾਗਲ ਲੱਗਦਾ ਮੈਂ ਕਦੋਂ ਕਿਹਾ ਤੁਹਾਨੂੰ ਜੇਠ ਜੀ ਵੀ ਤੁਸੀਂ ਪਾਗਲ ਹੋ ਭਲਾ ਊਂ ਹੀ ਤੁਸੀਂ ਤਾਂ ਹਰੇਕ ਗੱਲ ਨੂੰ ਉਹ ਕਰ ਲੈਂਦੇ ਹੋ ਨਾ ਮੇਰੀ ਗੱਲ ਸੁਣੋ ਮਾੜੇ ਜੇ ਪਹਿਲਾਂ ਨਾ ਠੰਡੇ ਹੋ ਜਾਓ ਮੈਂ ਤੁਹਾਨੂੰ ਗੱਲ ਦੱਸਣੀ ਸੀ ਕੋਈ 370 ਦੇ ਦੀ ਬੀਪੀ ਹੁਣ 127 ਦਾ ਦੱਸ ਮੇਰੀ ਗੱਲ ਸੁਣ ਤੂੰ ਮੈਨੂੰ ਸੱਚ ਦੱਸਦੇ ਪੈਸੇ ਕਿੱਥੇ ਨੇ ਮੈਂ ਉਹੀ ਦੱਸਣ ਲੱਗੀ ਆ ਕੱਲ ਨਾ ਮੇਰੇ ਕੋਲ ਮਿੰਦੋ ਆਈ ਸੀ ਉਹ ਕਹਿੰਦੀ ਆ ਕਿ ਸੇਲ ਲੱਗੀ ਵੀ ਹੈ ਨਵੀਂ ਦੁਕਾਨ ਖੁੱਲੀ ਆ ਕੋਈ ਤੇ ਮੈਂ ਤਾਂ ਸੂਟਾਂ ਵਾਸਤੇ ਫੜਾਤੇ ਉਹ ਪੈਸੇ ਚਾੜਤਾ ਚੰਦ ਮੇਰੇ ਸਾਲੀ ਮਿੰਦੋ ਜੀ ਨੇ ਮੈਨੂੰ ਟੱਕਰੀ ਸੀ ਮੈਂ ਉਹਨੂੰ ਕਿਹਾ ਸੀ ਮੈਂ ਤੂੰ ਕੰਡੇ ਬੀਜੇਂਗੀ ਕੋਈ ਨਹੀਂ ਮੇਰੀ ਗੱਲ ਸੁਣ ਲੈ ਤੈਨੂੰ 5 ਸੂਟ ਦਾ ਭੋਲਾ ਜਾਂਦਾ ਹੋਇਆ ਸਮੈ ਕੇ ਗਿਆ ਐ ਕਿ ਮੇਰੇ ਸਾਲੇ ਦਾ ਤੂੰ ਘੰਟੇ ਬਾਅਦ ਬਦਲਦੀ ਹੈ ਔਰ ਮੇਰੀ ਇੱਕ ਗੱਲ ਹੋਰ ਧਿਆਨ ਨਾਲ ਸੁਣ ਲੈ ਮੇਰੀ ਜਿੰਨੇ ਘਰ ਉੱਜੜੇ ਨੇ ਸੂਟਾਂ 'ਚ ਉੱਜੜੇ ਨੇ ਤੀਵੇਂ ਨੇ ਕਈ ਘਰ ਜਾੜਤੇ ਸੂਟਾਂ 'ਚ ਔਰ ਮੈਨੂੰ ਲੱਗਦਾ ਸਾਡੀ ਵੀ ਜ਼ਮੀਨ ਵਿਕਾਵੇਂਗੀ ਲੋਕਾਂ ਨੇ ਤਾਂ ਵਿਕੀ ਜਾਂਦੀਆਂ ਨੇ ਸੂਟਾਂ 'ਚ ਸਮਝਾ ਸਿਆਣੀਆਂ ਤੀਵੀਆਂ ਇੰਨੇ ਸੂਟ ਨਹੀਂ ਲੈਂਦੀਆਂ ਹੁੰਦੀਆਂ ਨਾ ਬਕਾਇਆ ਜ਼ਮੀਨ ਸੂਟਾਂ 'ਚ ਤੂੰ ਸਾਡੀ ਵੀ ਵਿਚਾੜੇਂਗੀ ਮੇਰੀ ਗੱਲ ਸੁਣੋ ਜੇਠ ਜੀ ਕਮਾਲ ਕਰੀ ਜਾਂਦੇ ਹੋ ਲੀੜਾ ਲੱਤਾ ਰੋਟੀ ਟੁੱਕ ਤੁਹਾਨੂੰ ਸਾਰਾ ਕੁਛ ਕਰਿਆ ਕਿਰਾਇਆ ਮਿਲਦਾ ਹੈ ਜੇ ਮੈਂ 6 ਮਹੀਨਿਆਂ ਤੋਂ ਕੋਈ ਸੂਟਾਂ ਨੂੰ ਪੈਸੇ ਦੇਤੇ ਦੱਸ ਜੀ ਇਹ ਵੀ ਕੋਈ ਮਾੜੀ ਗੱਲ ਹੈ ਮੈਂ ਪਾਗਲ ਨਹੀਂ ਹੈ ਕਿੰਨੇ ਸੂਟ ਆਉਂਦੇ ਨੇ ਤੇਰੇ ਹੈ ਪਾ ਕੇ 4 ਵਾਰੀ ਆਪਦੀ ਭੈਣ ਨੂੰ ਪਹੁੰਚਾ ਦਿੰਦੀ ਆ ਠੂ ਪਾਉਂਦੀ ਆ 4 ਵਾਰੀ ਸੂਟ ਠੂ ਆਪਦੀ ਭੈਣ ਨੂੰ ਨਾ ਮੇਰੀ ਗੱਲ ਸੁਣੋ ਨਾਲੇ ਮੈਂ ਉਹਨੂੰ ਐਂ ਕਿਹਾ ਵੀ ਮੈਨੂੰ ਸੂਟ ਲਿਆ ਦੀ ਨਾਲੇ ਮੈਂ ਤਾਂ ਸਗੋਂ ਐਂ ਕਹਿੰਦੀ ਸੀ ਵੀ ਆਪਦੇ ਵਰਗੀ ਸੋਹਣੀ ਜੀ ਕੁੜੀ ਵੇਖ ਕੇ ਰਿਸ਼ਤਾ ਕਰਾ ਦੀ ਮੇਰੇ ਜੇਠ ਨੂੰ ਹੈ ਕਿਹਨੂੰ ਮਿੰਦੋ ਨੂੰ ਕਿਹਨੂੰ ਰਿਸ਼ਤਾ ਕਰਾ ਦੇ ਤੈਨੂੰ ਜੇਠ ਜੀ ਤੈਨੂੰ ਹਾਂ ਹੋਰ ਮਾਰ ਮਿੱਠੇ ਪੋਚੇ ਤੂੰ ਮੇਰੀ ਗੱਲ ਸੁਣ ਮੈਂ ਕੀ ਬੁੜਾ ਹੋ ਗਿਆ ਮੈਨੂੰ ਕੀ ਰਿਸ਼ਤੇ ਨਹੀਂ ਹੁੰਦੇ ਇਹ ਤਾਂ ਮੈਂ ਜਾਣ ਕੇ ਨਹੀਂ ਕਰਵਾਉਂਦਾ ਜਾਣ ਕੇ ਹਾਂ ਮੈਂ ਕਹਿੰਦਾ ਵੀ ਚੱਲ 2 ਕਿਲੜੇ ਮੇਰੇ ਭਾਈ ਤੇ ਹੋਰ ਵੱਧ ਜਾਣਗੇ ਮੈਂ ਤਾਂ ਜੇ ਮੈਂ ਆਪਦੇ ਆਈ ਦੇ ਆ ਗਿਆ ਨਾ ਰਿਸ਼ਤਾ ਤਾਂ ਮੈਂ ਹੱਥ ਨੂੰ ਤਾਂ ਮੈਂ ਜਾਣ ਕੇ ਨਹੀਂ ਕਰਾਂਦਾ ਓਹੋ ਜੇਠ ਜੀ ਮੈਂ ਕਦੋਂ ਕਹਿੰਦੀ ਹਾਂ ਵੀ ਤੁਹਾਨੂੰ ਰਿਸ਼ਤਾ ਨਹੀਂ ਹੁੰਦਾ ਸੋਹਣੇ ਸੁਨੱਖਿਓ ਸੁੱਖ ਨਾਲ ਨਾ ਕੋਈ ਦਾੜੀ 'ਚ ਧੌਲਾ ਨਾ ਕੋਈ ਸਿਰ 'ਤੇ ਧੌਲਾ ਹੈ ਰਿਸ਼ਤਾ ਤਾਂ ਤੁਹਾਨੂੰ ਪਟੱਕ ਦੇਣੇ ਹੋ ਜੂਗਾ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਹਾਂ ਲੈ ਜੇ ਮੈਂ 6 ਮਹੀਨਿਆਂ ਤੋਂ ਕੋਈ ਲੀੜਿਆਂ ਨੂੰ ਦੇ ਤੇ ਪੈਸੇ ਫਿਰ ਕੀ ਹੋ ਗਿਆ ਤੁਸੀਂ ਨਾ ਕਰਿਓ ਨਾ ਉਹਦੇ ਭਰਾ ਕੋਲੇ ਗੱਲਾਂ ਐਂ ਕਾਹਤੋਂ ਕਰਦੇ ਹੋ ਮੇਰੀ ਗੱਲ ਸੁਣ ਲੈ ਗੋਰਖੋ ਜੀ ਇਹ ਹੁਣ ਤਾਂ ਸਾਰੇ ਪੈਸੇ ਦੇ ਤੇ ਹਾਂ ਦੱਸਦਾ ਦੱਸੇ ਦਿੱਤਾ ਨੀ ਤੇਰੇ ਤੰਦੂਆ ਕਿਉਂ ਨਹੀਂ ਪੈਂਦਾ ਹਾਂ ਕਹਿੰਦੀ ਦੇ ਨੀ ਮੈਂ ਹੱਥ ਨਹੀਂ ਚੱਕ ਸਕਦਾ ਨੀ ਮੈਂ ਤੇਰਾ ਪਤੀ ਦੇਵ ਨਹੀਂ ਹੈਗਾ ਜੇ ਕਿਤੇ ਮੈਂ ਤੇਰਾ ਪਤੀ ਪਰਮੇਸ਼ਰ ਹੁੰਦਾ ਨਾ ਤੈਨੂੰ ਅੱਧੀ ਧਰਤੀ 'ਚ ਗੱਡ ਦਿੰਦਾ ਅੱਧੀ ਚੱਲ ਮੈਂ ਇੱਥੋਂ ਹੁਣ ਗਲਤੀ ਹੋ ਗਈ ਹੁਣ ਮੈਂ ਦੱਸ ਕੀ ਕਰਾਂ ਜਾਣਦਾ ਇੱਕੋ ਘਰੇ ਨਹੀਂ ਹੈਗਾ ਤੈ ਤਾਂ ਕਹਿ ਹੀ ਦੇਣਾ ਮੈਨੂੰ ਹੱਥ ਪਾਉਂਦਾ ਸੀ ਹੈ ਤੇਰਾ ਕੁਛ ਜਾਊਗਾ ਉਰੇ ਮੇਰੀ ਇੱਜ਼ਤ ਖਰਾਬ ਹੋ ਜੂਗੀ ਭੈਣ ਦੇ ਖਸਮਾਂ ਨੇ ਕਿੱਥੇ ਜ਼ਮੀਨ ਵਿਕਾਣਗੇ ਸੂਟਾਂ 'ਚ ਮੇਰੇ ਸਾਲੇ ਦਿੰਦੇ ਨੇ ਹਾਏ ਨੀ ਸ਼ੁਕਰ ਹੈ ਬੋਲ ਕੇ ਪੈਂਡਾ ਛੱਡ ਗਿਆ ਮੈਨੂੰ ਤਾਂ ਆਏ ਸੀ ਮੇਰੇ ਤਾਂ ਗੁੱਤ ਨਹੀਂ ਪੱਟੂਗਾ ਅੱਜ ਇਹ ਅੱਜ ਨਹੀਂ ਮੇਰਾ ਖਹਿੜਾ ਛੱਡਦਾ ਚੱਲ ਕੋਈ ਨਾ ਆਪੇ ਹੌਲੀ ਹੌਲੀ ਠੰਡਾ ਹੋ ਜੂਗਾ ਉਰੇ ਆ ਬਾਬਾ ਨਾ ਕੀ ਚਾਹੀਦਾ ਨਾ ਕਹੋ ਮੇਰੇ ਮਗਰ ਲੱਗਾ ਕਿ ਹੋਰ ਰਾਹ ਪੈ ਜਾ ਹੈ
ਸੂਟ ਦਿਖਾ ਦਿਓ ਮੈਨੂੰ ਵਧੀਆ ਵਧੀਆ ਦੋ ਚਾਰ ਅੱਛਾ ਕਿੱਦਾਂ ਦਾ ਚਾਹੀਦਾ ਕੜਾਈ ਜਿਹਾ ਵੀ ਦਿਖਾ ਦਿਓ ਅੱਛਾ ਰੇਂਜ ਰੇਂਜ ਕੋ ਆਪ ਦੇ ਹਿਸਾਬ ਨਾਲ ਬਾਅਦ ਚ ਦੇਖ ਲਾਂਗੇ ਕਿਹੜਾ ਤੁਸੀਂ ਸੂਟ ਦਿਖਾ ਦਿਓ ਵਧੀਆ ਵਧੀਆ ਤੇ ਦੇਖੋ ਇਹ ਸਿੰਗਲ ਸੂਟ ਹੈ ਜਿਸ ਤਰ੍ਹਾਂ ਹੁਣ ਇਹ ਸੂਟ ਹੈ 3000 ਰੁਪਏ ਦਾ ਸੂਟ ਹੈ ਇਹ 1500 ਰੁਪਏ ਦਾ ਪੈ ਜੂਗਾ ਚਨੂਨ ਦਾ ਦੁਪੱਟਾ ਨਾਲ ਬਾਬਾ 2 ਮਿੰਟ ਬਹਿ ਜਾ ਕੁੜੀ ਨੂੰ ਸੂਟ ਦੇ ਦਾਂ 2 ਮਿੰਟ ਬਹਿ ਜਾ 1500 ਦਾ ਪੈ ਜੂਗਾ ਪੂਰਾ ਫੁੱਲ ਭਾਰੀ ਸੂਟ ਨੇ ਇਹ 3000 ਰੁਪਏ ਦਾ ਸੂਟ ਹੈ ਇਹ ਅੱਛਾ ਸੂਟ ਤਾਂ ਰੰਗ ਵੀ ਸੋਹਣੇ ਇਹ ਕਾਟਨ ਦਾ ਸੂਟ ਹੈ ਇਹ ਵੀ ਇਸੇ ਰੇਂਜ 'ਚ ਪੈ ਜਾਏਗਾ ਸਿੰਗਲ ਸੂਟ ਨੇ ਇਹ ਚਾਰੇ ਇਹ ਬਣ ਗਿਆ ਆਪਣਾ 6000 ਕੀ ਬਣ ਗਿਆ 6000 ਹੋ ਗਿਆ 6000 ਠੀਕ ਹੈ ਨਾਲੇ ਬਾਈ ਪੈਸੇ ਲਿਖ ਲਈ ਇਸ ਵਾਰ ਅੱਛਾ ਇਕੱਠੇ ਘਟਾ ਦੂੰ 10 ਦਿਨਾਂ ਨੂੰ ਠੀਕ ਹੈ ਠੀਕ ਹਾਂ ਨਾਲੇ ਆਪ ਦੇ ਸੂਟ ਲੈ ਕੇ ਜਾਊਂਗੀ ਮੈਂ ਹੋਰ ਅੱਛਾ ਅੱਛਾ ਠੀਕ ਹੈ ਠੀਕ ਹੈ ਕੋਈ ਨਾ ਹੋਰ ਲੈ ਜੂ ਚਾਹ ਪੀਵਾਂ ਗੁੱਡੀ ਚਾਹ ਮੈਂ ਤਾਂ ਨਹੀਂ ਪੀਣੀ ਆ ਬਾਬੇ ਨੂੰ ਪਿਆ ਦੇ ਕਦੋਂ ਦਾ ਮੇਰੇ ਮਗਰ ਲੱਗਿਆ ਨਾ ਕੁਝ ਦੱਸਦਾ ਮੈਨੂੰ ਚਲੋ ਕੋਈ ਨਹੀਂ ਠੀਕ ਹੈ ਬਾਈ ਲਿਖ ਲਿਓ ਓਕੇ ਜੀ ਹੈਲੋ ਬਾਬਾ ਜੀ ਹੱਥ ਕਰ ਭਣੋਈਏ ਰੁਪਈਏ ਦੀ ਤਾਂ ਕੋਈ ਟੋਫੀ ਨਹੀਂ ਦਿੰਦਾ ਆਹ ਚੱਕ 10 ਰੁਪਈਏ ਚੋਕਲੇਟ ਖਾ ਲਈ ਡੈਰੀ ਮਿਲਕ ਕਮਾਲ ਦਾ ਬਾਬਾ ਯਾਰ ਅੱਜ ਕੱਲ੍ਹ 10 ਰੁਪਏ ਵੀ ਦੇ ਗਿਆ ਨੀ ਜੱਸੋ ਨੀ ਭੈਣੇ ਪਾਣੀ ਦਾ ਗਲਾਸ ਲਿਆ ਅੱਜ ਤਾਂ ਭੈਣ ਥੱਕ ਗਈ ਮੈਂ ਲੈ ਆ ਗਈ ਕੁੜੇ ਨੀ ਸਾਰਾ ਦਿਨ ਭੰਨੇ ਹੀ ਮੈਂ ਤਾਂ ਸਵੇਰ ਦੀ ਡੀਕੀ ਜਾਂਦੀ ਹਾਂ ਜਦੋਂ ਦੀ ਗਈ ਆ ਭੈਣੇ ਪੁੱਛੀ ਨਾ ਅੱਜ ਤਾਂ ਬਾਹਲੀ ਖੱਜਰ ਖਵਾਰੇ ਹੋਈ ਮੈਂ ਓਹੋ ਐਡਾ ਕਿੱਥੇ ਭੱਗ ਗਈ ਸੀ ਦੂਰ ਨੀ ਭੈਣੇ ਤੈਨੂੰ ਦੱਸਿਆ ਤਾਂ ਸੀ ਵੀ ਜਿਨ੍ਹਾਂ ਦੇ ਮੈਂ ਕੱਪੜੇ ਲੈਣੀ ਆ ਉਹਨਾਂ ਦੇ ਗਈ ਸੀ ਭੈਣੇ ਦੁਕਾਨ ਬਾਹਲੀ ਦੂਰ ਆ ਪਹਿਲਾਂ ਤਾਂ ਮੈਂ ਆਟੋ ਲੈ ਕੇ ਜਾਂਦੀ ਸੀ ਅੱਜ ਤਾਂ ਆਟੋ ਵੀ ਨਹੀਂ ਮਿਲਿਆ ਭੈੜੀ ਦਾ ਚੱਲ ਆਟੋ ਨਹੀਂ ਮਿਲਿਆ ਰਿਸ਼ਕਾ ਲੈ ਲੈਂਦੀ ਕੁੜੇ ਨੀ ਕਿਹੜੇ ਰਿਸਕੇ ਕਿਹੜੇ ਰਿਸਕੇ ਮਿਲਦੇ ਆ ਮੂਨਕ 'ਚ ਮਾਰਦੀ ਗੱਲਾਂ ਮੈਨੂੰ ਤਾਂ ਐਂ ਲੱਗਾ ਜਿਵੇਂ ਕਸ਼ਮੀਰ ਬਾਗੀ ਹੋਵੇ ਚੱਲ ਭੈਣ ਤੂੰ ਛੱਡ ਤੂੰ ਸੂਟ ਦੇਖ ਭੈਣ ਕਿੱਡੇ ਸੋਹਣੇ ਸੋਹਣੇ ਲੈ ਕੇ ਆਈ ਮੈਂ ਤੇਰੇ ਵਾਸਤੇ ਦੇਖਾਂ ਕੁੜੇ ਭੈਣੇ 3000 ਤੋਂ ਘੱਟ ਸੂਟ ਨਹੀਂ ਹੈਗਾ ਲੈ ਕੁੜੇ ਸੂਟ ਤਾਂ ਸੋਹਣੇ ਆ ਹੈ ਆ ਦੇਖ ਲੈ ਜਿਹੜਾ ਤੂੰ ਰੰਗ ਮੰਗਾਇਆ ਸੀ ਉਹੀ ਲੈ ਕੇ ਆਂਦਾ ਲੈ ਕੁੜੇ ਆ ਤਾਂ ਮੇਰਾ ਦੇਖ ਕੇ ਨਾ ਦਿਲ ਹੀ ਖੁਸ਼ ਹੋ ਗਿਆ ਸੌਂ ਲੱਗੇ ਤੂੰ ਪੁੱਛ ਨਾ ਭੈਣੇ ਇਹ ਸੂਟ ਪਿੱਛੇ ਲੜਾਈ ਹੋ ਗਈ ਮੇਰੀ ਦੁਕਾਨ 'ਚ ਕਿਉਂ ਇਹ ਤਾਂ ਕੀ ਹੋ ਗਿਆ ਸੀ ਹੋਰ ਭੈਣੇ ਉਹ ਕਹਿੰਦੀ ਮੈਂ ਲੈ ਕੇ ਜਾਣਾ ਮੈਂ ਤਾਂ ਦੁਕਾਨ ਵਾਲੇ ਨੂੰ ਕਹਿਤਾ ਮੇਰੇ ਤਾਂ ਲਿਆਜ ਪੈਂਦੀ ਉਹ ਨਾਲ ਮੈਂ ਕਿਹਾ ਆਹ ਸੂਟ ਤਾਂ ਮੈਂ ਆਪਦੀ ਸਹੇਲੀ ਵਾਸਤੇ ਲੈ ਕੇ ਜਾਣਾ ਮੈਂ ਕਿਹਾ ਉਹਨੂੰ ਪਸੰਦ ਆਇਆ ਰੰਗ ਨਾ ਨਾ ਬਾਲਾ ਸੋਹਣਾ ਰੰਗ ਹੈ ਕੁੜੇ ਸੂਟ ਵੀ ਸੋਹਣਾ ਮੇਰੀ ਗੱਲ ਸੁਣ ਲਾ ਆਹ ਸੂਟ ਪਾ ਕੇ ਨਾ ਆਪਦੇ ਜੇਠ ਦੇ ਸਾਹਮਣੇ ਨਾ ਜਾਵੜੀ ਨਹੀਂ ਜਾਂਦੀ ਨਹੀਂ ਜਾਂਦੀ ਨੀ ਉਹ ਵੀ ਗਿਆ ਵੈ ਦੁਪਹਿਰ ਦਾ ਪਤਾ ਨਹੀਂ ਕਿੱਧਰ ਨੂੰ ਗਿਆ ਨੀ ਭੈਣੇ ਭੁੱਲ ਗਈ ਮੈਂ ਤਾਂ ਭੈਣੇ ਮੈਂ ਤਾਂ ਜਾਣੀ ਆ ਹੋਰ ਤੇਰਾ ਜੇਠ ਆ ਗਿਆ ਐਵੇਂ ਮੇਰੇ ਗੱਲ ਪੈ ਜੂਗਾ ਹਾਏ ਮੈਂ ਮਰ ਜਾਣੀ ਆ ਵੀ ਬਾਲਾ ਸੋਹਣਾ ਸੂਟ ਤਾਂ ਹੋਰ ਭੈਣੇ ਅੱਛਾ ਮੈਨੂੰ ਐਂ ਦੱਸ ਨੀ ਸਾਰੇ ਪੈਸੇ ਲਾਇਆ ਈ ਤੇ ਭੈਣੇ ਹੋਰ 3000 ਦੇ ਸੂਟ ਆ ਹਾਏ ਮੈਂ ਮਰ ਜਾ ਮੈਨੂੰ ਤਾਂ ਐਂ ਸੀ ਤੂੰ ਵਾਧਾ ਘਾਟਾ ਜਾ ਕਰਕੇ ਲਿਆਏਂਗੀ ਨੀ ਮੈਂ ਤਾਂ 500 ਬਚਾ ਕੇ ਲਿਆਈ ਆ ਤੇਰਾ ਲਿਆ ਫਿਰ ਦੇ ਦੇ 500 ਰੁਪਈਆ ਤਾਂ ਮੈਂ ਫੜਾਉਣੀ ਆ ਤੈਨੂੰ 500 ਮੈਂ ਤੈਨੂੰ ਐਂ ਕਹਿੰਦੀ ਸੀ ਉਹ ਜਿਹੜਾ 500 ਨਾ ਮੈਂ ਤੈਨੂੰ ਬਾਅਦ 'ਚ ਦੇ ਜੂੰਗੀ ਉਹ ਮੇਰੇ ਤੋਂ ਨਾ ਬਾਜ਼ਾਰ 'ਚ ਲੱਗ ਗਿਆ ਚੱਲ ਚੰਗਾ ਹਾਂ ਕੋਈ ਨਾ ਤੇ ਚਾਹ ਬਣਾ ਮੈਂ ਤੇਰੇ ਵਾਸਤੇ ਫਿਰ ਹਾਂ ਤੂੰ ਚਾਹ ਬਣਾ ਲਾ ਮੇਰੇ ਵਾਸਤੇ ਥੋੜੀ ਹੋਰ ਮੈਂ ਬਣਾ ਕੇ ਲੈ ਕੇ ਦਿੰਦੀ ਹਾਂ ਕੁੜੇ ਹੋਰ ਇੰਨੀ ਦੂਰੋਂ ਆਈ ਹਾਂ ਧੱਕੇ ਖਾਂਦੀ ਪਰ ਰਹਿਣ ਦੇ ਚਾਹ ਚੂ ਪੀਣ ਨੂੰ ਹੋਰ ਕਿਤੇ ਦਾ ਜੇਠ ਆ ਗਿਆ ਹੋਰ ਸਿਆਪਾ ਪੈ ਜੂ ਨੀ ਜੱਸੋ ਹਾਂ ਚਾਹ ਨੂੰ ਰਹਿਣ ਦੇ ਭੈਣੇ ਮੈਂ ਤਾਂ ਘਰੇ ਜਾ ਕੇ ਪੀ ਲੂੰਗੀ ਹੁਣ ਤਾਂ ਮੈਂ ਜਾਣੀ ਹਾਂ ਕਿਹੜਾ ਕਿਉਂ ਮੈਨੂੰ ਕੋਈ ਕੰਮ ਯਾਦ ਆ ਗਿਆ ਨਾਲੇ ਤੇਰਾ ਜੇਠ ਨਾ ਆ ਜਾਏ ਭੈਣੇ ਐਵੇਂ ਸਿਆਪਾ ਹੋ ਜੂਗਾ ਹੋਰ ਕੋਈ ਓਹੋ ਜ਼ਰੂਰੀ ਆ ਉਹਨੂੰ ਦੱਸਣਾ ਮੈਂ ਸੂਟ ਅੰਦਰ ਰੱਖਿਓ ਨਹੀਂ ਆ ਨਹੀਂ ਨਹੀਂ ਆਜੋ ਆ ਜਾਣ ਦੇ ਨਾ 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 ਮੈਂ ਤਾਂ ਜਾਣੀ ਆ ਭੈਣੇ ਬਾਲੋ ਡਰਦੀ ਬਾਲਾ ਵੀਰ ਭੈਣੇ ਬਾਲਾ ਪੁੱਠਾ ਸਿੱਧਾ ਬੋਲਦਾ ਨਹੀਂ ਐਵੇਂ ਲੜਾਈ ਨੂੰ ਥਾਂ ਹੋ ਜਾਂਦਾ ਮੁੜ ਕੇ ਤੇਰੇ ਘਰੋਂ ਵੀ ਹੁਣ ਜਾਊਂਗੀ ਮੈਂ ਤੇ ਜੇ ਬੰਦਿਆਂ ਨੂੰ ਪਤਾ ਲੱਗ ਗਿਆ ਫਿਰ ਥਾਣੇ ਤੱਕ ਗੱਲਾਂ ਜਾ ਵੜਦੀਆਂ ਨਹੀਂ ਭੈਣੇ ਤੂੰ ਤਾਂ ਬਾਲਾ ਡਰਦੀ ਆ ਨਹੀਂ ਭੈਣੇ ਛੱਡ ਮੈਂ ਤਾਂ ਜਾਣੀ ਫੇਰ ਆਊਂਗੀ ਤੇਰੇ ਕੋਲ ਸ਼ਾਮ ਨੂੰ ਚੱਲ ਚੰਗਾ ਤੇਰੀ ਮਰਜ਼ੀ ਆ ਚੰਗਾ ਨਹੀਂ ਮੈਂ ਤਾਂ ਬਣਾ ਲੈਂਦੀ ਘੁੱਟ ਚਾਹ ਦੀ ਚੱਲ ਕੋਈ ਨਹੀਂ ਚੱਲ ਕੋਈ ਨਹੀਂ ਥੈਂਕ ਯੂ ਧਰਤੀ
हाँ जी मित्र प्यारे, जे वीडियो वधिया लगी तां चैनल नूं करो सबसक्राइब, नाले लाइक नाले शेयर जरूर करना। थोनू सौ लगे थोड़े यार दी ते कमेंटां दे विच है ना जरूर दस्सियो वीडियो किवें लगी ते वीडियो अगे अपनी एवी रेगुलर हुण आंदियां रहणगियां। दो दो दिन छड्ड के तीजे दिन वीडियो आंदी रहूगी। ते गल इक होर ती मैं भुल गया, अगली वीडियो च दसूंगा। लव जी ट्राली भर के जौंदे वसदे रहो।